सत श्री अकाल जी मिस्टर सुखदीप यूट्यूब चैनल और फेसबुक पेज में तुहाड़ा स्वागत है जी। अज आपां तुहाड़े लई जो वीडियो लैके आए हैं जी वो है इंटरनेशनल 444 ट्रैक्टर की। जिवें कि आपां पहलियां वीडियो में तुहानू पुराने ट्रैक्टरां दियां वीडियो दित्तियां वा। अज अपने नाल खड़े सरदार जसपाल सिंह जी, सत श्री अकाल जी। सत श्री अकाल जी, वाहे खालसा वाहे जी की फतेह जी। तो इन्हां नाल आपां गल्लबात करते हैं जी। इन्हां ने ट्रैक्टर जिहड़ा वा इन्हां दा कोले अपने कोले ही आ पहलां तों ही। पहलां सरदार साहब दस्सदे कि इन्हां दे नाना जी कोले सी ये ट्रैक्टर, उस तों बाद इन्हां ने खरीद लिया सी। तो इस तो बाद इन्होंने मॉडिफाई करवा दिता ट्रैक्टर 48 हॉर्स पावर इसकी पहला पावर सी, तो हुण इसकी पावर जो हैगी 50 हॉर्स पावर तो उपर हो गई है। तो बाकी आप जानकारी लेने जी सरदार साहब तो किवें लगा जी तुहानू ये ट्रैक्टर हुण तक जो तो लैके तुसीं हुण तक वाह रहे हैं जी? अज तक तो भी जी 1% कोई प्रॉब्लम नहीं हैगी ये दी। अच्छा, बहुत वधिया। बड़े बड़े ट्रैक्टर वाले देख के जाते हैं। अच्छा, दूरों देख के तो कहते भी पुराना जहा जो खेत चलता है फिर देखते दे भी ये पाया की होया। बहुत वधिया जी। तो मॉडिफाई करवाए नू कितना टाइम हो गया इनू जी? तकरीबन 3 साल हो गए जी। अच्छा जी। तो पहला ये वैसे ही सैंपल ओरिजिनल ची सीगा? ओरिजिनल सी जी, बिल्कुल पहला सैंपल। अच्छा जी। ਤੇ ਖਰਚਾ ਕਿੰਨਾ ਕੁ ਜੀ? ਵਾਹੀ ਦਾ ਖਰਚਾ ਜੀ? ਹਾਂਜੀ, ਵਾਹੀ ਦਾ ਖਰਚਾ ਤਾਂ ਵੀਰ ਜੀ ਹੁਣ DI ਹੋ ਕੇ ਦਾ ਨਾ ਮਾਤਰਾ, ਜਿਵੇਂ ਆਮ 585 ਦਾ ਖਰਚਾ ਉਹੀ 3-3.5 ਲੀਟਰ ਤਵੀਆਂ 'ਤੇ। ਅੱਛਾ ਜੀ। ਅਤੇ ਉਹੀ ਖਰਚਾ ਜੀ ਇਹਦਾ। ਠੀਕ ਹੈ ਜੀ। ਅਤੇ ਇੱਕ ਤੁਸੀਂ ਦੱਸ ਦਿਓ ਵੀ ਤੂੜੀ ਵਾਲੀ ਮਸ਼ੀਨ ਵੀ ਇਹਦੇ ਮਗਰ ਪਾਉਂਦੇ ਰਹੇ ਹਾਂ, ਅਤੇ ਸਿੰਗਲ ਕਲੱਚ ਜਾਂ ਡਬਲ ਕਲੱਚ? ਇਹ ਸਿੰਗਲ ਕਲੱਚ ਆ ਜੀ, ਅਸੀਂ ਐਂ ਤੂੜੀ ਵਾਲੀ ਮਸ਼ੀਨ ਮਗਰ ਪਾਉਂਦੇ ਰਹੇ ਹਾਂ। ਅੱਛਾ ਜੀ। ਅਤੇ ਤੂੜੀ ਵਾਲੀ ਮਸ਼ੀਨ 'ਤੇ ਕਿਵੇਂ ਰਿਹਾ ਜੀ ਇਹਦਾ? ਬਹੁਤ ਵਧੀਆ ਰਿਹਾ ਜੀ, ਕਿਉਂ ਥੋੜ੍ਹਾ ਜਿਹਾ ਉਹਦੇ ਡਰਾਈਵਰ ਨੂੰ ਡਬਲ ਕਲੱਚ ਹੋਣਾ ਪੈਂਦਾ ਵੀ ਥੱਬਾ ਦੇਖ ਕੇ ਉਹਦਾ, ਕਈ ਵਾਰ ਉਸ ਲੜੀ ਗੇਅਰ ਨਿਊਟਰਲ ਹੋ ਜਾਂਦਾ ਜੀ, ਗੇਅਰ ਨਿਊਟਰਲ ਹੋ ਜਾਂਦਾ ਸੀਗਾ, ਲੋਕ ਗੇਅਰ 'ਚ ਹੁੰਦਾ ਅਤੇ ਉਹ ਗੇਅਰ ਨਿਊਟਰਲ ਹੋ ਜਾਂਦਾ, ਉਸ ਤੋਂ ਬਾਅਦ ਫਿਰ ਥੋੜ੍ਹੇ ਹੱਥ ਮਾਰ ਕੇ ਉਸ ਲੜੀ ਤੁਰ ਪੈਂਦਾ ਜੀ। ਅੱਛਾ ਜੀ। ਅੱਛਾ ਅੱਛਾ। ਅਤੇ ਕਿੰਨੇ ਦਾ ਖਰੀਦਿਆ ਸੀ ਜੀ ਆਪਾਂ ਟਰੈਕਟਰ ਉਦੋਂ? ਇਹ ਜੀ ਅਸੀਂ 55,000 ਦਾ ਲਿਆਂਦਾ ਜੀ ਸਾਡੇ ਨਾਨਾ ਜੀ ਤੋਂ। ਅੱਛਾ ਜੀ। ਹਾਂਜੀ। ਤੇ ਨਵੇਂ ਟਰੈਕਟਰ ਦਾ ਰੇਟ ਉਦੋਂ ਕੀ ਸੀ ਜੀ ਇਹਦਾ? ਨਹੀਂ, ਸਾਡੇ ਨਾਨਾ ਜੀ ਨੇ ਨਵਾਂ ਲਿਆ ਸੀ। ਅੱਛਾ, ਨਵਾਂ ਲਿਆ ਸੀ। ਨਵਾਂ ਉਹਨਾਂ ਨੇ ਲਿਆ ਸੀ ਇਹ 61,000 ਦਾ। 61,000? ਹਾਂਜੀ, ਅਸੀਂ 55,000 ਦਾ ਖਰੀਦਿਆ। ਅੱਛਾ ਜੀ। ਤੇ ਕਿੰਨੇ ਕੁ ਮਾਡਲ ਆਏ ਆ ਜੀ ਇਹ ਟਰੈਕਟਰ ਜਿਹੜੇ ਆ? ਇਹ ਜੀ ਉਦੋਂ ਜਿਹੜੇ ਮਾਡਲ ਆਏ ਨੇ ਇਹ ਇੰਟਰਨੈਸ਼ਨਲ ਸੈਂਪਲ ਆ ਜੀ ਇਹ। ਹਾਂਜੀ। ਇਹਦੀ ਸ਼ੋਅ ਥੱਲੋਂ ਬਾਹਰ ਨੂੰ ਪੇਪਰ ਜੀ ਕਰੀ ਹੋਈ ਆ। ਹਾਂਜੀ। ਇੱਕ ਸੋਫਰ ਆਏ ਨੇ। ਅੱਛਾ ਜੀ। ਉਹਨਾਂ ਦੀ ਸ਼ੋਅ ਸਿੱਧੀ ਆ ਜੀ, 444 ਸੋਫਰ। ਇੱਕ 434 ਆਏ ਨੇ, ਉਹ ਵੀ ਸੋਫਰ, ਉਹਨਾਂ ਦੀ ਵੀ ਸ਼ੋਅ ਸਿੱਧੀ ਆ ਜੀ। ਇਹ ਥੋੜ੍ਹਾ ਜਿਹਾ ਦੇਖਣ 'ਚ ਟਰੈਕਟਰ ਲੰਬਾ ਵੀ ਆ, ਉਹਨਾਂ ਨਾਲ ਸੋਹਣਾ ਵੀ ਲੱਗਦਾ, ਉਹ ਥੋੜ੍ਹੇ ਟਰੈਕਟਰ ਸ਼ੋਅ 'ਚ ਛੋਟੇ ਨੇ, ਸੋਹਣੇ ਵੀ ਨਹੀਂ ਲੱਗਦੇ ਜੀ। ਅਤੇ ਮਾਡਲ 1979 ਆ ਜੀ? ਹਾਂਜੀ, 1979 ਜੀ। ਕਿੰਨੇ ਸਾਲ ਤੱਕ ਆਉਂਦੇ ਰਹੇ ਟਰੈਕਟਰ ਜੀ? ਇਹ 82-83 ਤੱਕ ਹੀ ਆਏ ਨੇ ਜੀ। ਅੱਛਾ ਜੀ। ਅਤੇ ਹੁਣ ਤੱਕ ਤੁਹਾਡਾ ਜਿਵੇਂ ਤੁਸੀਂ ਦੱਸਿਆ ਵੀ ਇਹ ਤੂੜੀ ਵਾਲੀ ਮਸ਼ੀਨ ਵੀ ਪਾਈ ਆ, ਅਤੇ ਹਲਾਂ ਦੇ ਹਲ ਕਿੰਨੇ ਖਰੀਦੇ ਜੀ? ਹਲ ਜੀ ਅਸੀਂ ਤਾਂ 11 ਹੀ ਪਾਏ ਨੇ, ਪਰ ਇਹਨੂੰ ਕੋਈ ਪਰਵਾਹ ਨਹੀਂ ਹਲਾਂ ਵਾਲੀ ਤਾਂ, ਕੋਈ ਤਵੀਆਂ ਦੂਜੇ ਹਾਈ 'ਚ ਪਾਉਂਦੇ ਹਾਂ ਜੀ ਅਸੀਂ ਇਹਨੂੰ। ਅੱਛਾ ਜੀ। ਅਤੇ DI ਹੋਇਆ ਹੋਇਆ ਜੀ। ਅੱਛਾ ਜੀ। ਹਾਂਜੀ। ਅਤੇ ਹੋਰ ਕੋਈ ਸਪੇਅਰ ਪਾਰਟ ਦਾ ਖਰਚਾ ਜਾਂ ਕੋਈ ਹੋਰ? ਸਪੇਅਰ ਪਾਰਟ ਨਹੀਂ ਜੀ, ਗੇਅਰ ਬਾਕਸ ਓਰੀਜਨਲ ਹਾਲੇ ਤੱਕ ਦਾ ਇਹਦਾ। ਅੱਛਾ ਜੀ। ਅਤੇ ਕੋਈ ਸਪੇਅਰ ਪਾਰਟ ਦੀ ਦਿੱਕਤ ਨਹੀਂ ਜੀ, ਆਮ ਜਿਹੜੇ ਟਰੈਕਟਰ ਆ ਜੈਂਟਰ ਆਉਂਦੇ ਨੇ ਮਿਹਦਰਾਲੇ, ਉਹੀ ਸਪੇਅਰ ਪਾਰਟ ਇਹ 'ਚ ਆ ਜਾਂਦਾ ਜੀ। ਅੱਛਾ ਜੀ। ਅਤੇ ਬਾਕੀ ਇਹਦਾ ਜਿਵੇਂ ਸਪੇਅਰ ਪਾਰਟ ਦਾ ਤਾਂ ਹੋ ਗਿਆ ਜੀ, ਬਾਕੀ ਜੇ ਅੱਜ ਕਿਸੇ ਨੇ ਖਰੀਦਣਾ ਹੋਵੇ ਟਰੈਕਟਰ, ਅੱਜ ਕਿੰਨਾ ਕੁ ਰੇਟ ਆ ਇਹਦਾ ਜੀ? ਇਹ ਤਾਂ ਵੀਰ ਜੀ ਟਰੈਕਟਰ ਰਾਈਟਰ 'ਤੇ ਡਿਪੈਂਡ ਕਰਦਾ ਹਰੇਕ 'ਤੇ। ਹਾਂਜੀ। ਜਿਹੋ ਜਿਹਾ ਮਾਲ ਉਹੋ ਜਿਹਾ ਮੁੱਲ ਪੈ ਜਾਂਦਾ। ਹਾਂਜੀ। ਜਾਣੀ ਆਮ ਸਿੰਪਲ ਟਰੈਕਟਰ ਖਰੀਦਣਾ ਹੋਵੇ ਤਾਂ 1,00,000 ਦੀ ਰੇਂਜ 'ਚ ਆ ਜਾਂਦਾ ਇਹ। ਹਾਂਜੀ। ਆਮ ਟਰੈਕਟਰ ਜਿਹੜੇ ਸਿੰਪਲ ਨੇ, DI ਹੋਏ ਹੁੰਦੇ ਨੇ। ਅੱਛਾ ਜੀ। ਅਤੇ ਮੈਨੂੰ ਜੇ ਕੋਈ ਕਹੇ ਵੀ ਹੁਣ ਕੋਈ ਆਇਆ ਸੀ ਮੋਗੇ ਤੋਂ ਬੰਦਾ, ਉਹ ਮੈਨੂੰ 2,65,000 ਰੁਪਏ ਦਿੰਦੇ ਸੀ, ਮੈਂ ਦਿੱਤਾ ਨਹੀਂ ਜੀ। ਅੱਛਾ ਜੀ। ਠੀਕ ਹੈ ਜੀ। ਅਤੇ ਕਿੰਨਾ ਖਰਚਾ ਆਇਆ ਇਹਦੇ ਮੋਡੀਫਾਈ 'ਤੇ ਜੀ? ਮੋਡੀਫਾਈ 'ਤੇ ਤਕਰੀਬਨ 1,00,000 ਰੁਪਈਆ ਆ ਗਿਆ ਜੀ, ਉਦੋਂ ਗੇਅਰ ਗੂਰ ਦਾ ਕੰਮ ਵੀ ਨਾਲ ਕਰਾਈ ਆ, ਛੱਤਰੀ ਵਗੈਰਾ ਲਵਾਈ ਆ, ਹੋਰ ਜਿਵੇਂ ਆਹ ਸਲੈਂਸਰ ਆਹ ਮੂਹਰਲੇ ਲਾਏ ਵੀ ਲਾਏ ਨੇ, ਇਹਨਾਂ ਦੇ ਖਾਸ ਖਰਚਾ ਕਾਫੀ ਆ ਗਿਆ ਜੀ। ਠੀਕ ਹੈ ਜੀ। ਠੀਕ ਹੈ। ਜਿਹੜਾ ਪੇਂਟ ਵੀ ਤੁਹਾਡਾ ਬਹੁਤ ਸੋਹਣਾ ਹੋਇਆ ਟਰੈਕਟਰ ਦਾ ਵੈਸੇ ਤਾਂ ਜੀ, ਅਤੇ ਲੈਫਟ ਕਿਵੇਂ ਆ ਜੀ ਇਹਦਾ ਕੰਟਰੋਲ? ਆ ਕੰਟਰੋਲ ਆ ਜੀ, ਬਿਲਕੁਲ ਕੰਟਰੋਲ ਆ ਜੀ, ਕੋਈ ਫਰਕ ਨਹੀਂ। ਅੱਛਾ, ਇਹ ਓਰੀਜਨਲ ਹੀ ਆਉਂਦਾ ਕਿ ਓਰੀਜਨਲ? ਓਰੀਜਨਲ ਹੀ ਆ ਜੀ, ਕੋਈ ਬਾਅਦ 'ਚ ਨਹੀਂ ਹੋਇਆ ਹੋਇਆ। ਅੱਛਾ ਜੀ। ਹਾਂ, ਕੰਮ ਹੋਇਆ ਲੈਫਟ ਦਾ ਇੱਕ ਦੋ ਵਾਰੀ। ਹਾਂਜੀ ਹਾਂਜੀ। ਬਾਕੀ ਓਰੀਜਨਲ। ਅਤੇ ਜਿਹੜਾ ਤੁਸੀਂ ਮੋਡੀਫਾਈ ਕਰਵਾਇਆ ਟਰੈਕਟਰ ਜੀ? ਇਹ ਵੀਰ ਜੀ ਦਰਾਹੇ ਤੋਂ ਕਰਾਇਆ। ਅਤੇ ਆਹ ਇਹਦਾ ਇੱਥੇ ਜੀ ਸਪੇਸ ਕਿਉਂ ਦਿੱਤੀ ਇਹ? ਇਹ ਪਾਣੀ ਵਾਲਾ ਜੀ ਯਾਰ, ਇਹਦਾ ਰੇਡੀਏਟਰ ਦਾ ਢੱਕਣਾ ਆ ਗਿਆ। ਪਹਿਲਾਂ ਹੀ ਆਏ ਆਉਂਦਾ ਜੀ? ਪਹਿਲਾਂ ਹੀ ਆਏ ਆਉਂਦਾ ਜੀ। ਅੱਛਾ ਜੀ, ਉੱਪਰ ਕੁਛ ਨਹੀਂ ਇਹਦੇ ਆਉਂਦਾ? ਦੇ ਨਾਲ ਨਾਲ ਬਾਈ ਜੀ ਉਹਨਾਂ ਕੋਲੇ ਇੱਕ ਪੁਰਾਣੀ ਜੋ ਵਿਰਾਸਤ ਆ ਉਹ ਵੀ ਸਾਂਭੀ ਹੋਈ ਆ। ਬਾਈ ਜੀ ਆਪਾਂ ਨੂੰ ਇਹਨਾਂ ਬਾਰੇ ਦੱਸਣਗੇ ਵੀ ਇਹ ਕੀ ਚੀਜ਼ਾਂ ਹੈਗੀਆਂ ਜੀ। ਇਹ ਹਾਲਾ ਜੀ। ਹਾਂਜੀ। ਤੇ ਉਹ ਪੰਜਾਬੀ ਆ, ਪੁਰਾਣੀ ਬੋਲਦਾ ਆ ਜੀ। ਅੱਛਾ ਜੀ। ਤੇ ਇਹ ਸਾਡੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ। ਹਾਂਜੀ। ਸਪੈਸ਼ਲ ਵਿਰਾਸਤ ਵੀ ਬੱਚਿਆਂ ਨੂੰ ਪਤਾ ਲੱਗੇ ਗਾਹਾਂ। ਠੀਕ ਹੈ। ਜਿਵੇਂ ਸਾਡੇ ਬੱਚੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਇਹ ਕੀ ਚੀਜ਼ਾਂ ਹੁੰਦੀਆਂ ਨੇ। ਹਾਂਜੀ। ਇੱਕ ਉੱਧਰ ਕਰੰਟੀ ਪਈ ਆ ਸਾਡੇ ਕੋਲੇ। ਆ ਜੋ ਜੀ ਉੱਧਰ ਹੀ ਆ। ਕਰੰਟੀ ਆ ਜੀ, ਬਲਦਾਂ ਮਗਰ ਪਾ ਕੇ ਉਹਨੂੰ ਨਾ ਕਰੰਟ ਭਾਂਦੇ ਹੁੰਦੇ ਸੀ। ਅੱਛਾ ਜੀ।
ਇਹ ਆਪਣੀਆਂ ਬਾਅਦ ਵਿੱਚ ਖਰੀਦੀਆਂ ਕਿ ਪਹਿਲਾਂ ਤੋਂ ਆਪਣੇ ਕੋਲ ਹੀ ਆ ਜੀ? ਨਹੀਂ, ਇਹ ਆਪਣੀਆਂ ਨਵੇਂ, ਮੇਰੇ ਫਾਦਰ ਸਾਹਿਬ ਨੇ ਨਵੀਆਂ ਖਰੀਦੀਆਂ ਹੋਈਆਂ ਜੀ। ਅੱਛਾ, ਇਹਨਾਂ ਦੀ ਪਹਿਲਾਂ ਯਾਨੀ ਕਿ ਇਹਦੇ ਨਾਲ ਕੰਮ ਕਰਦੇ ਰਹੇ? ਹਾਂਜੀ ਹਾਂਜੀ ਹਾਂਜੀ। ਤੇ ਹੋਰ ਕੀ ਸਮਾਨ ਆ ਜੀ ਆਪਣੇ ਕੋਲ ਪੁਰਾਣਾ? ਹੋਰ ਇੱਕ ਸੰਦੂਕ ਪਿਆ ਜੀ 1922 ਮਾਡਲ ਸਾਡੀ ਦਾਦੀ ਦਾ ਜੀ, ਉਹ ਚਰਖਾ ਮਧਾਣੀ ਸਾਰੀ ਐਂ ਤਿਆਰ ਬਾਰੇ ਤਿਆਰ ਧਰਿਆ ਪਿਆ ਜੀ। ਬਹੁਤ ਹੀ ਵਧੀਆ ਗੱਲ ਆ ਜੀ, ਇਹ ਪੁਰਾਣਾ ਜੋ ਸਮਾਨ ਸਾਂਭ ਕੇ ਰੱਖਿਆ ਹੋਇਆ, ਇਹੋ ਜਿਹੀ ਚੀਜ਼ਾਂ ਆਮ ਵੇਖਣ ਨੂੰ ਨਹੀਂ ਮਿਲਦੀਆਂ। ਠੀਕ ਆ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ ਜੀ। ਧੰਨਵਾਦ ਜੀ ਤੁਹਾਡਾ ਵੀ ਵੀਰ ਜੀ, ਦੇਣ ਸਾਨੂੰ। ਹਾਂ, ਮਿਸਟਰ ਸੁਖਦੀਪ ਚੈਨਲ ਆਇਆਂ ਦਾ ਧੰਨਵਾਦ ਕਰਦਾ ਮੈਂ ਸਪੈਸ਼ਲ ਤੌਰ ਤੇ। ਹਾਂਜੀ, ਤੁਸੀਂ ਐਡੀ ਦੂਰੋਂ ਸਾਨੂੰ ਨਵਾਣਿਆਂ ਨੂੰ ਆ ਕੇ ਮਾਣ ਬਖਸ਼ਿਆ। ਧੰਨਵਾਦ ਜੀ। ਤਾਂ ਦਰਸ਼ਕੋ, ਆਪਾਂ ਬਾਈ ਜੀ ਉਹਨਾਂ ਨੇ ਆਪਣੇ ਨਾਲ ਸੰਪਰਕ ਕੀਤਾ, ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਕਿ ਕੰਟੈਕਟ ਨੰਬਰ ਆਪਣਾ ਜੋ ਵਟਸਐਪ ਨੰਬਰ ਉਹ ਦਿੱਤਾ ਹੋਇਆ ਵਾ, ਅਤੇ ਬਾਈ ਜੀ ਉਹਨਾਂ ਨੇ ਸਪੈਸ਼ਲ ਤੌਰ 'ਤੇ ਕਿਹਾ ਸੀ ਕਿ ਆਪਣੇ ਟਰੈਕਟਰ ਦੀ ਵੀਡੀਓ ਜ਼ਰੂਰ ਬਣਾ ਕੇ ਜਾਓ, ਅਤੇ ਆਪਾਂ ਸਪੈਸ਼ਲ ਤੌਰ 'ਤੇ ਇੱਥੇ ਵੀਡੀਓ ਬਣਾਉਣ ਆਏ ਹਾਂ। ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ।